ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਨੂੰ ਨਗਰ ਨਿਗਮ ਦਾ ਦਰਜਾ ਦੇ ਦਿੱਤਾ ਹੈ 22 ਅਕਤੂਬਰ ਨੂੰ ਇਸ ਦਾ ਰਸਮੀ ਐਲਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਹੁਸ਼ਿਆਰਪੁਰ 'ਚ ਕਰਨਗੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਜਿੱਥੇ ਹੁਸ਼ਿਆਰਪੁਰ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਉੱਥੇ ਹੀ ਸ਼ਹਿਰ ਦੇ ਲੋਕਾਂ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਹੁਸ਼ਿਆਰਪੁਰ ਨਗਰ ਨਿਗਮ ਪ੍ਰੀਸ਼ਦ ਦਾ ਕਾਰਜਕਾਲ ਜੁਲਾਈ 2013 ਵਿੱਚ ਪੂਰਾ ਹੋ ਚੁੱਕਾ ਹੈ ਹੁਣ ਚੋਣਾਂ ਨਵੀਂ ਵਾਰਡਬੰਦੀ ਤੋਂ ਬਾਅਦ ਹੀ ਹੋਣਗੀਆਂ ਅਤੇ ਵਾਰਡ ਦੀ ਗਿਣਤੀ ਵੀ 31 ਤੋਂ ਵਧਾ ਕੇ 50 ਹੋ ਜਾਵੇਗੀ ਭਾਜਪਾ ਵੱਲੋਂ ਨਗਰ ਨਿਗਮ ਬਣਨ ਦਾ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ ਉੱਧਰ ਕਾਂਗਰਸ ਨੇ ਵੀ ਨਗਰ ਨਿਗਮ ਬਣਨ ਦਾ ਸਵਾਗਤ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਵਿਕਾਸ ਹੋਇਆ ਤਾਂ ਹੀ ਮੰਨਾਂਗੇ ਨਗਰ ਨਿਗਮ ਦਾ ਦਰਜਾ ਦੇਣ ਵਾਸਤੇ ਪੰਜਾਬ ਸਰਕਾਰ ਨੇ ਇੱਕ ਬਹੁਤ ਬੜਾ ਇਤਿਹਾਸਿਕ ਫੈਸਲਾ ਕੀਤਾ ਹੈ ਇਸ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਪੰਜਾਬ ਅਤੇ ਉਹਨਾਂ ਦੇ ਸਿਆਸੀ ਸਲਾਹਕਾਰ ਸ਼੍ਰੀ ਤੀਕਸ਼ਣ ਸੂਦ ਜੀ ਜੋ ਕਿ ਲਗਾਤਾਰ ਇਸ ਹਲਕੇ ਤੋਂ 3 ਵਾਰ ਵਿਧਾਇਕ ਰਹੇ ਔਰ ਪੂਰਵ ਮੰਤਰੀ ਵੀ ਰਹੇ ਉਹਨਾਂ ਨੇ ਬਹੁਤ ਵੱਡੀ ਦੇਣ ਜਿਹੜੀ ਆ ਹੁਸ਼ਿਆਰਪੁਰ ਨੂੰ ਦਿੱਤੀ ਹੈ ਅੱਜ ਹੁਸ਼ਿਆਰਪੁਰ ਪੂਰੇ ਦੇ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਹੈ ਔਰ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਬਹੁਤ ਹੀ ਖੁਸ਼ੀ ਦੀ ਗੱਲ ਆ ਹੁਸ਼ਿਆਰਪੁਰ ਨਗਰ ਨਿਗਮ ਬਣਨੇ ਨਾਲ ਗਿਣੇ ਚੁਣੇ ਸ਼ਹਿਰਾਂ ਦੀ ਗਿਣਤੀ 'ਚ ਆ ਗਿਆ ਇਹ ਪੰਜਾਬ ਦਾ 10ਵਾਂ ਨਗਰ ਨਿਗਮ ਆ ਅੱਗੇ ਇਹਦੀ ਜਿਹੜੀ ਸ਼ੁਮਾਰੀ ਸੀ ਹੁਸ਼ਿਆਰਪੁਰ ਦੀ ਉਹ ਨਗਰ ਪਰਿਸ਼ਦ 'ਚ ਹੁੰਦੀ ਸੀ ਜਿੱਦਾਂ ਕਹਿ ਲਓ ਵੀ 125 ਤੋਂ ਵੀ ਜ਼ਿਆਦਾ ਨਗਰ ਪਰਿਸ਼ਦਾਂ ਹੁਸ਼ਿਆਰਪੁਰ ਦੇ ਵਿੱਚ ਹੈਗੀਆਂ ਤਾਂ ਉਹਨਾਂ 'ਚ ਇੱਕ ਸੀਗਾ ਹੁਣ 10 ਨਗਰ ਨਿਗਮ ਹੈਗੇ ਆ ਉਹਨਾਂ 'ਚ ਇੱਕ ਹੈਗਾ ਬੜੀ ਖੁਸ਼ੀ ਹੋਈ ਹੈ ਕਿ ਹੁਸ਼ਿਆਰਪੁਰ ਨੂੰ ਨਗਰ ਨਿਗਮ ਦਾ ਜੋ ਇਹ ਬਣਾਇਆ ਗਿਆ ਵਾ ਇਹਦੇ ਨਾਲ ਇਸ ਇਲਾਕੇ ਦੀ ਹੋਰ ਵੀ ਤਰੱਕੀ ਹੋਏਗੀ ਔਰ ਇਸ ਇਲਾਕੇ ਦੇ ਵਿੱਚ ਆਲੇ ਦੁਆਲੇ ਵੀ ਲਾਈਟਾਂ ਔਰ ਸੀਵਰੇਜ ਵਾਟਰ ਸਪਲਾਈ ਔਰ ਇਹਦੇ ਵਿੱਚ ਵੀ ਸੁਧਾਰ ਹੋਏਗਾ ਔਰ ਸਰਕਾਰ ਦੀ ਤਰਫ ਤੇ ਜ਼ਿਆਦਾ ਗਰਾਂਟਾਂ ਆਉਣਗੀਆਂ ਔਰ ਇਸ ਇਲਾਕੇ ਦਾ ਜ਼ਿਆਦਾ ਵਿਕਾਸ ਹੋਏਗਾ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦੇਖਾਂਗੇ ਯੂਟਿਊਬ ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ